ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਜੀ। ਉਮੀਦ ਕਰਨੇ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ। ਅੱਲਾਹ ਪਾਕ ਤੁਹਾਨੂੰ ਖੁਸ਼ ਅਤੇ ਆਬਾਦ ਰੱਖੇ, ਇਸ ਦੀਆਂ ਮੁਸਕਰਾਉਂਦੇ ਰੱਖੇ। ਇਸੇ ਦੁਆ ਦੇ ਨਾਲ ਅੱਜ ਦੀ ਵੀਡੀਓ ਕਰ ਲੈਣੇ ਸ਼ੁਰੂ। ਨਦੀਮ ਅਖਤਰ ਸਾਹਿਬ ਕਹਿੰਦੇ ਨੇ, ਇੱਕ ਬੜੇ ਪਿਆਰੇ ਭਾਈ ਜਾਨ ਨੇ, ਸਾਡੀਆਂ ਵੀਡੀਓ ਵੇਖਦੇ ਨੇ, ਵੀਡੀਓ ਥੱਲੇ ਕਮੈਂਟਸ ਵੀ ਕਰਦੇ ਨੇ। ਉਹ ਕਹਿੰਦੇ ਨੇ ਕਿ ਤੁਸੀਂ ਵਲੌਗ ਬੜਾ ਲੇਟ ਬਣਾਉਂਦੇ ਹੋ ਅਤੇ ਬਾਕੀ ਤੁਸੀਂ ਵੱਡੇ ਕਬੂਤਰਾਂ ਦੀ ਵੀ ਬਹਿਣੇ ਉੱਡਣ ਦੀਆਂ ਵੀਡੀਓ ਬਣਾ ਕੇ ਅਤੇ ਅਪਲੋਡ ਕਰੋ। ਅਤੇ ਰਮਜ਼ਾਨ ਵਿੱਚ ਥੋੜ੍ਹਾ ਪਰਹੇਜ਼ ਕਰੀ ਦੀ ਘਰ ਰਹੀ ਦੀ, ਹੁਣ ਵੀ ਕਰੂੰ ਆਇਆ ਅਤੇ ਪਸੀਨਾ ਆਏ ਆ। ਹੁਣ ਥੋੜ੍ਹੀ ਦੇਰ ਬਾਅਦ ਦਾ ਵੀਡੀਓ ਸਟਾਰਟ ਕਰਕੇ ਦੋ ਮਾਦੀਆਂ ਭੈਣਾਂ ਦੇ ਕਰੀਬ ਨੇ, ਇਹਨਾਂ ਦੀ ਵੀਡੀਓ ਬਣਾਵਾਂਗੇ। ਉਸ ਤੋਂ ਬਾਅਦ ਬਾਕੀ ਵੀ ਜਿਉਂ ਜਿਉਂ ਮਾਦੀਆਂ ਭੈਣ ਦੀਆਂ, ਕਿਉਂਕਿ ਅੱਜ ਉਸਤਾਦਾਂ ਨੇ ਮਾਦੀਆਂ ਨੂੰ ਫਿਰ ਦਿੱਤੀ ਹੈ, ਅਤੇ ਉਹ ਵੀਡੀਓ ਦਿਖਾਉਂਦੇ ਹਾਂ ਤੁਹਾਨੂੰ। ਅਤੇ ਗਰਮੀ ਕਾਫੀ ਹੈ ਤਾਂ ਵਾਸਤੇ ਵਲੌਗ ਜ਼ਰਾ ਬਣਾਉਣਾ ਮੁਸ਼ਕਲ ਹੋ ਜਾਂਦਾ। ਅਤੇ ਅੱਜ ਸਪੈਸ਼ਲ ਫਿਰ ਤੁਹਾਡੇ ਵਾਸਤੇ ਟਾਈਮ ਕੱਢਿਆ। ਅਤੇ ਬਾਕੀ ਤੁਸੀਂ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ। ਅਤੇ ਜਿਤਨੇ ਵੀ ਦੋਸਤ ਚੈਨਲ ਦੇ ਨਏ ਨੇ, ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ, ਵੀਡੀਓ ਨੂੰ ਲਾਈਕ ਵੀ ਕਰੋ, ਦੋਸਤਾਂ ਵਿੱਚ ਵੀ ਸ਼ੇਅਰ ਕਰਿਆ ਕਰੋ। ਅਤੇ ਅੱਜ ਫਿਰ ਡੇਰੇ ਆਇਆ, ਵੀਡੀਓ ਬਣਾਉਂਦੇ ਹਾਂ। ਸਾਹਮਣੇ ਤੁਸੀਂ ਪਿੰਜਰੇ ਦੇਖੋ, ਮਾਸ਼ਾ ਅੱਲਾ ਹੈ ਸਾਹਮਣੇ। ਅਤੇ ਕੱਲ੍ਹ ਜਿਹੜਾ ਕਾਪਾਂ ਵਿੱਚ ਜਿਹੜਾ ਕਾਲਾ ਬੱਚਾ ਉੱਡਦਾ ਰਿਹਾ, ਉਹ ਵੀ ਕੱਲ੍ਹ ਰਾਤ ਰਹਿ ਗਿਆ ਆ। ਅਤੇ ਜੂੰ ਡੇਰੇ ਪਹੁੰਚਿਆ, ਸਾਦਾਂ ਕੋਲੋਂ ਖਬਰ ਮਿਲੀ ਹੈ ਕਿ ਉਹ ਸੁਬਹਾ ਸੁਬਹਾ ਆ ਗਿਆ ਆ। ਬੜੀ ਦਿਲ ਨੂੰ ਖੁਸ਼ੀ ਹੋਈ ਹੈ, ਕਿ ਸਾਰਾ ਭਰਾਵਾਂ ਦੀਆਂ ਦੁਆਵਾਂ ਦੀ ਵੀ ਦੌਲਤ ਹੀ ਹੁੰਦਾ, ਇਸੇ ਤਰ੍ਹਾਂ ਹਮੇਸ਼ਾ ਦੁਆਵਾਂ ਯਾਦ ਰੱਖਿਆ ਕਰੋ। ਬਾਕੀ ਵੀ ਹੁਣ 6-7 ਮਾਦੀਆਂ ਉੱਪਰ ਉੱਚਾਈ ਵਿੱਚ ਮਿਲਦੀਆਂ ਨੇ, ਦੋ ਜ਼ਰਾ ਬੈਠਣ ਦੇ ਕਰੀਬ ਨੇ, ਇਹ ਵੀ ਬਹਿਣ ਲੱਗਦੀਆਂ ਨਦੀ ਦੀ, ਉਹਨਾਂ ਦੀ ਵੀਡੀਓ ਬਣਾਉਂਦੇ ਹਾਂ। ਅਤੇ ਬਾਕੀ ਜਿਹੜੀਆਂ ਉੱਪਰ ਮਾਦੀਆਂ ਨੇ ਉਹ ਵੀ ਜੂੰ ਜੂੰ ਬਹਿਣ ਦੀਆਂ, ਅਤੇ ਉਹਨਾਂ ਦੀ ਵੀਡੀਓ ਬਣਾਵਾਂਗੇ। ਪਿਛਲੇ ਦਿਹਾੜਿਆਂ ਵਿੱਚ ਵੀ, ਬਲਕਿ ਇਹਨਾਂ ਦਿਹਾੜਿਆਂ ਵਿੱਚ ਵੀ ਅੱਜ ਕੱਲ੍ਹ ਹਵਾ ਵਿੱਚ ਨਮੀ ਬਹੁਤ ਹੀ ਘੱਟ ਹੈ, ਜਿਹਦੀ ਵਜ੍ਹਾ ਨਾਲ ਕਬੂਤਰ ਜ਼ਾਇਆ ਹੋ ਰਹੇ ਨੇ। ਅਤੇ ਪਿੱਛੇ ਦੋ ਜਿਹੜੀਆਂ 3-4 ਦਿਨ ਗੁਜ਼ਰੇ ਨੇ, ਰੋਜ਼ਾਨਾ 10 ਤੋਂ ਲੈ ਕੇ 15 ਕਬੂਤਰਾਂ ਤੱਕ ਮਿਸ ਹੁੰਦੇ ਰਹੇ ਨੇ, ਅਤੇ ਜਿਨ੍ਹਾਂ ਵਿੱਚੋਂ ਕੱਲ੍ਹ ਇੱਕ ਕਾਲਾ ਬੱਚਾ ਵੀ ਮਿਸ ਹੋਇਆ ਸੀ, ਅਤੇ ਇਹ ਚਲੋ ਰਾਤ ਰਹਿ ਕੇ ਸੁਬਹਾ ਆ ਗਿਆ। ਬਾਕੀ ਜਿਹੜਾ ਜ਼ਾਹਿਰ ਕਬੂਤਰ ਹੀ ਹੈ, ਕੱਚੇ ਹੀ ਨੇ, ਸਹੀ ਪੱਕੇ ਤਿਆਰ ਨਹੀਂ ਹੋਏ, ਫਿਰ ਤਾਂ ਕੱਚੀਆਂ ਹੀ ਆ ਰਹੀਆਂ ਨੇ, ਸਹੀ ਫਿਰਤੇ ਪਹਿਨਦੇ ਤਾਂ ਫਿਰ ਇਨਸ਼ਾਅੱਲਾ ਠੀਕ ਹੋ ਜਾਏਗਾ ਕੰਮ। ਅਤੇ ਬਾਕੀ ਅੱਗੋਂ ਕੱਪ ਛੱਪ ਵੀ ਕਰੀਬ ਹੀ ਨੇ, ਅਤੇ ਜੇ ਤਿਆਰੀ ਕਬੂਤਰਾਂ ਦੀ ਹੋ ਗਈ ਤਾਂ ਇਨਸ਼ਾਅੱਲਾ ਕੱਪਾਂ ਵਿੱਚ ਹਿੱਸਾ ਲਾਵਾਂਗੇ। ਨਹੀਂ ਕਿ ਪਹਿਲਾਂ ਕੋਈ 1-2 ਕੱਪ ਬੰਦਾ ਮਿਸ ਵੀ ਕਰ ਸਕਦਾ, ਕਿਉਂਕਿ ਅੱਗੋਂ ਜੇਠ ਵੀ ਜਾਣਾ, ਜੇਠ ਵਿੱਚ ਉਸਤਾਦ ਹੈ ਕਿ ਆਪਣਾ ਕੁਝ ਕਾਰਕਰਦਗੀ ਦਿਖਾਉਣਾ ਚਾਹੁੰਦੇ ਨੇ, ਅਤੇ ਸਾਰੇ ਦੋਸਤ ਦੁਆ ਸ਼ਾ ਕਰਿਓ ਖੈਰ ਹਰੀਅਤ ਨਾਲ ਕਬੂਤਰ ਪੂਰੇ ਹੋਣ ਕਰਨ। ਅਤੇ ਬਲਕਿ ਤਿਆਰੀ ਜੋ ਹੋਗੀ ਤਾਂ ਫਿਰ ਇਨਸ਼ਾਅੱਲਾ ਪਹਿਲੀਆਂ ਕੱਪਾਂ ਤੋਂ ਹਿੱਸਾ ਲਵਾਂਗੇ, ਵਰਨਾ ਥੋੜ੍ਹਾ ਜਿਹਾ ਸਬਰ ਕਰ ਲੈਣਾ ਚਾਹੀਦਾ ਤਾਂ ਕਿ ਕਬੂਤਰ ਬਚਾਏ ਜਾ ਸਕਣ। ਅਤੇ ਉਹ ਪਿੰਜਰੇ ਵਿੱਚ ਕੁੱਕੜ ਜੀ ਦੀ ਆਵਾਜ਼ ਆ ਰਹੀ ਹੈ, ਬਾਕੀ ਟਿਊਬਵੈੱਲ ਵੀ ਅੱਜ ਬੰਦ ਹੈ। ਅਤੇ ਗਰਮੀ ਕਾਫੀ ਹੈ, ਨਮੀ ਇੱਥੇ ਹੁਣ ਥੱਲਿਆਂ ਬਿਹਤਰ ਹੈ, ਛਾਵੇਂ ਬਹਿੰਦੇ ਹਾਂ, ਜੂੰ ਜੂੰ ਮਾਦੀਆਂ ਬਹਿੰਦੀਆਂ, ਉਹਨਾਂ ਦੀ ਵੀਡੀਓ ਬਣਾ ਕੇ ਬਣਾਈ ਜਾਵਾਂਗੇ ਇਨਸ਼ਾਅੱਲਾ ਜਿਸ ਵੇਲੇ ਤੱਕ ਡੇਰੇ ਰਹੇ। ਮਾਸ਼ਾਅੱਲਾ ਦੋਸਤੋ, ਮਾਦੀ ਬਹਿਣੇ ਦੇ ਬਿਲਕੁਲ ਕਰੀਬ ਹੈ, ਮਾਦੀ ਬੈਠ ਗਈ ਇੱਕ, ਨਾਲ ਦੂਜੀ ਵੀ ਹੈ ਪਿੱਛੇ ਪਿੱਛੇ ਫਿਰਦੀ ਸੁਪੀ, ਇਹ ਵੀ ਬਹਿੰਦੀ ਤੁਹਾਨੂੰ ਦੱਸਣੇ ਆ। ਟਾਈਮ ਹੋ ਗਿਆ 10:46, ਤੇ ਉਸਤਾਦ ਜੀ ਸਬਸਕ੍ਰਾਈਬਰ ਆਪਣੇ ਚੈੱਕ ਕੀਤੇ ਜੇ ਚੈਨਲ 'ਤੇ? 17 'ਤੇ ਆਏ ਸੀ, 17। ਅੱਛਾ, ਦੋ ਨਹੀਂ ਕੀ ਕਰਦੇ? ਅੱਛਾ, ਵੀਡੀਓ ਰੋਕ ਕੇ ਚੈੱਕ ਕਰਨੇ ਆ। ਮਾਸ਼ਾਅੱਲਾ ਦੋਸਤੋ, ਮਾਦੀ ਬਿਲਕੁਲ ਬੈਠਣ ਦੇ ਕਰੀਬ ਹੈ, ਇਹ ਸਾਹਮਣੇ ਬੈਠ ਗਈ ਜੇ 10:47, 10:47 'ਤੇ। ਇਹ ਦੋਸਤੋ ਇੱਕ ਮਾਦੀ ਵੀ ਬਹਿੰਦੀ ਜੇ, ਪਤਾ ਹੀ ਨਹੀਂ ਲੱਗਾ, ਇੱਕਦਮ ਹੀ ਨਜ਼ਦੀਕ ਜੇ ਆ ਕੇ ਪਤਾ ਲੱਗਿਆ, ਇੱਕਦਮ ਕੈਮਰਾ ਔਨ ਕਰ ਲਿਆ। 11:16 ਹੋਏ ਗਏ, ਇਹ ਦੇਖ ਸਕਦੇ ਹੋ, ਪਤਾ ਨਹੀਂ ਨਜ਼ਰ ਆ ਰਿਹਾ ਜਾਂ ਨਹੀਂ, ਉਹ ਸਾਹਮਣੇ।
ਮਾਸ਼ਾਅੱਲਾ ਦੋਸਤੋ ਆਈ ਕੋਰ ਮਾਦੀ ਬੈਠਣ ਦੇ ਬਿਲਕੁਲ ਕਰੀਬ ਤੇ ਬਹਿੰਦੀ ਹੈ ਤੇ ਟਾਈਮ ਹੀ ਦੱਸਣੇ ਆ ਮਾਸ਼ਾਅੱਲਾ ਜੀ ਦੇਖੋ ਕਿਤਨੀ ਔਖੀ ਹਾਲਤ 11:56 ਤੇ ਤਾਜ ਅੰਦਰੋਂ ਕੁਝ ਮਾਲੀਆਂ ਸਾਈਡ 'ਤੇ ਕਰਦੇ ਨੇ ਪਏ ਪਤਾ ਨਹੀਂ ਕੀ ਕਰੂੰ ਨੇ ਉਸਤਾਦਾਂ ਦੇ ਦੋਸਤ ਜਿਹੜੇ ਕੁਝ ਲੈ ਕੇ ਆਏ ਨੇ ਤੁਹਾਨੂੰ ਦਿਖਾਉਂਦੇ ਹਾਂ ਕਿ ਚੀਜ਼ ਲੈ ਕੇ ਆਏ ਨੇ ਉਮਰ ਭਾਈ ਜਿਹੜਾ ਪਿੰਜਰੇ ਵਿੱਚ ਦਰੋੜਾ ਖਾਲੀ ਕਰੂੰ ਕਿੱਧਰ ਇਹਦੇ ਨਹੀਂ ਇੱਥੇ ਨਾ ਫੜੀ ਨਾ ਛੱਡਦੀਆਂ ਉਹ ਬੰਦ ਹੋ ਜਾਏਗਾ ਕੋਰੀਆਂ ਨਾ ਰੋਲਾ ਨਿਕਲ ਗਈ ਇਹਦੇ ਉਹ ਨਿਕਲ ਗਈ ਗੁੜੀਆਂ ਮੁਰਗੇ ਗੁੜੀਆਂ ਮੁਰਗਾ ਯਾਰ ਇਹਨਾਂ ਨੂੰ ਪਾਣੀ ਮਸ਼ੀਨ ਬਾਈ ਧਰਨਾ ਜੇ ਪਾਣੀ ਧਰਨਾ ਗਰਮੀ ਇਹ ਤਾਂ ਉਸਤਾਦ ਨੇ ਮੈਨੂੰ 5-6 ਦਿਨ ਹੋ ਗਏ ਆਖਿਆ ਆਵਣੇ ਅੱਜ ਆਏ ਬੰਦ ਕਰ ਉਹ ਤਾਰ ਵੀ ਚੱਲ ਲਈ ਹੋਰ ਆ ਜਾਣ ਦੇ ਤੀ ਵਿੱਚ ਚੌਰ ਕੇ ਵਿੱਚ ਰਾਜ ਆ ਜਾਣ ਹਾਂਜੀ ਆਖ ਨੂੰ ਫਰਕ ਲੱਗ ਗਿਆ ਉਰਲੇ ਆ ਜੀ ਲੋ ਪਏ ਆ ਹੋਰ ਵੀ ਤੇ ਦੋਸਤੋ ਕਾਫੀ ਸਖਤ ਗਰਮੀ ਹੈ ਅੱਜ ਤੇ ਹੁਣ ਹੈ ਥੱਲੇ ਹੀ ਥੋੜਾ ਲੇਟ ਨੇ ਆ ਥੋੜ੍ਹੀ ਦੇਰ ਆਰਾਮ ਕਰਨੇ ਆ ਫਿਰ ਛੱਤ ਦੇ ਉੱਪਰ ਚੱਲਣੇ ਆ ਉੱਪਰ ਹੀ ਚੱਲੀਏ ਅੱਗੇ ਵੀ ਕੁਝ ਮਾਦੀਆਂ ਦੀ ਵੀਡੀਓ ਨਹੀਂ ਬਣ ਸਕੀ ਬਿਹਤਰ ਉੱਪਰ ਹੀ ਚੜ੍ਹ ਕੇ ਬੈਠਣੇ ਆ ਮਾਸ਼ਾਅੱਲਾ ਦੋਸਤੋ ਇੱਕ ਮਾਦੀ ਬੈਠਣ ਦੇ ਬਿਲਕੁਲ ਕਰੀਬ ਟਾਈਮ ਵੀ 12:20 ਹੋ ਗਏ ਨੇ ਅਤੇ ਤੁਹਾਨੂੰ ਮਹਿੰਦੀ ਦੱਸਣੇ ਆ ਮਾਸ਼ਾਅੱਲਾ ਦੇਖ ਸਕਦੇ ਹੋ ਮਾਸ਼ਾਅੱਲਾ ਜੀ ਬੈਠ ਗਈ ਜੇ 12:20 ਦੇ ਬੜੀ ਅੱਛੀ ਪ੍ਰਵਾਸ ਦਿੱਤੀ ਸੂ ਕਿਉਂਕਿ ਗਰਮੀ ਅੱਜ ਕੱਲ੍ਹ ਕਾਫੀ ਹੈ ਉਸ ਹਿਸਾਬ 'ਤੇ 12:20 ਦਾ ਟਾਈਮ ਬਹੁਤ ਅੱਛਾ ਟਾਈਮ ਹੈ ਕਿਉਂਕਿ ਜੇ ਆਸਤਾ ਆਸਤਾ ਫਿਰ ਤਾਂ ਖਾਣ ਦੇ ਤਾਂ ਫਿਰ ਟਾਈਮ ਵਿੱਚ ਇਜ਼ਾਫਾ ਹੁੰਦਾ ਜਾਏਗਾ ਨਾ ਅਤੇ ਬਾਕੀ ਹੁਣ ਉੱਪਰ ਕੁਝ ਬਿਮਾਰੀਆਂ ਵੀ ਆਏ ਨੇ ਅਤੇ ਦੁਆ ਤਾਂ ਇਹ ਹੈ ਕਿ ਹੈਰ ਖਰੀਏ ਦੇ ਨਾਲ ਅੱਜ ਪੂਰੇ ਹੋ ਜਾਣ ਬਾਕੀ ਦਿਨਾਂ ਵਿੱਚ ਜਿਕਨ ਪਹਿਲਾਂ ਰੋਜ਼ਾਨਾ ਮਿਸ ਹੁੰਦੇ ਨੇ ਪਏ ਉਸ ਤਰ੍ਹਾਂ ਅੱਜ ਨਾ ਮਿਸ ਹੋਣ ਤਾਂ ਅੱਛੀ ਗੱਲ ਹੈ ਤਕਰੀਬਨ 10 ਜਾਂ 11 ਜਮਾਦੀਆਂ ਪਿੱਛੇ ਰਹਿੰਦੀਆਂ ਨੇ ਅਤੇ ਉਸਤਾਦ ਹੋਰੀ ਵੀ ਆ ਗਏ ਜੋ ਉੱਪਰ ਡੰਡਾ ਲੱਭ ਕੇ ਹੱਥ ਵਿੱਚ ਇਸ ਮਾਦੀ ਨੂੰ ਜ਼ਾਹਿਰ ਥੱਲੇ ਲਾਉਣ ਦੇ ਅੱਗੋਂ ਦੀ ਸੰਭਾਲ ਕਰਨ ਦੇ ਇਹਨੂੰ ਪਲਟਾਉਣ ਦੇ ਅਤੇ ਫਿਰ ਇਸੇ ਤਰ੍ਹਾਂ ਹੀ ਤਿਆਰੀ ਹੋਵੇਗੀ ਆਉਣ ਵਾਲੇ ਮੈਚਾਂ ਵਾਸਤੇ ਹੈ ਸਾਹਮਣੇ ਉਸਤਾਦ ਮਾਦੀ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਨੇ
ਅੱਧੀ ਵੀਟ ਵਾਲਿਆਂ ਦਾ ਨਾਂ ਨਹੀਂ ਲੈ ਰਹੀ ਪਰਲੀ ਸਾਈਡ ਤੇ ਬਹਿ ਗਈ ਤੇ ਮਾਦੀ ਦੇ ਕੇ ਹੁਣ ਮਾਦੀ ਨੀਚੇ ਜਾਲ ਵਿੱਚ ਟੁੱਟ ਜਾ ਇਹਦੀ ਐ ਟੁੱਟ ਗਈ ਜੇ ਅਤੇ ਦੋਸਤੋ ਦੱਸੋ ਤੁਹਾਨੂੰ ਅੱਜ ਦੀ ਵੀਡੀਓ ਕੈਸੀ ਵੀ ਲੱਗਦੀ ਜੇ ਅਤੇ ਬਾਕੀ ਹੁਣ ਅੱਜ ਰੋਜ਼ਾ ਵੀ ਲੱਗ ਜਾਣਾ ਮੇਰਾ ਹਾਲੇ ਡਾਢਾ ਕਿਉਂਕਿ ਰੋਜ਼ਿਆਂ ਵਿੱਚ ਵੀਡੀਓ ਬਣਾਉਣੀ ਬੜੀ ਔਖੀ ਜਿਹੀ ਲੱਗਦੀ ਹੈ ਵੀ ਅਤੇ ਹੁਣ ਥੱਲੇ ਜਾ ਕੇ ਕਮਰੇ 'ਚ ਥੋੜ੍ਹੀ ਦੇਰ ਮੈਂ ਲੇਟਣ ਲਿਆ ਜੇ ਅਤੇ ਕੁਝ ਦੇਰ ਬਾਅਦ ਫਿਰ ਜੇ ਕੋਈ ਮਾਦੀ ਨੀਚੇ ਉਤਰਦੀ ਹੈ ਅਤੇ ਉਹਦੀ ਵੀਡੀਓ ਬਣਾਉਂਦੇ ਹਾਂ ਬਹਿੰਦਿਆਂ ਦੀ ਜੀ ਅਤੇ ਅਗਰ ਨਾ ਬਣਾ ਸਕੇ ਤਾਂ ਉਹਦੀ ਫਿਰ ਮਾਜ਼ਰਤ ਪਹਿਲਾਂ ਹੀ ਤੁਹਾਡਿਆਂ ਦੋਸਤਾਂ ਨੂੰ ਕਹਿ ਲੈਂਦੇ ਹਾਂ ਅਤੇ ਦੁਆਵਾਂ ਸ਼ਾਵਾਂ ਵਿੱਚ ਯਾਦ ਰੱਖਿਆ ਕਰੋ ਹਮੇਸ਼ਾ ਦੀ ਤਰ੍ਹਾਂ ਮਾਸ਼ਾਅੱਲਾ ਦੋਸਤੋ ਇੱਕ ਹੋਰ ਮਾਦੀ ਬੈਠਣ ਦੇ ਕਰੀਬ ਆਉਂਦੀ ਹੈ ਵੀ ਥੱਲੇ ਬੜੀ ਤੇਜ਼ੀ ਨਾਲ ਮਾਦੀ ਬਿਲਕੁਲ ਬੈਠਣ ਦੀ ਨੀਅਤ ਹੁਣ ਕਰ ਲਈ ਸੂ ਅਸੀਂ ਕੈਮਰਾ ਵੀ ਔਨ ਕਰ ਲਿਆ ਅਤੇ ਸਾਰੇ ਦੋਸਤ ਭਰਾ ਵੀਰ ਦੱਸਣ ਕਿ ਤੁਹਾਡੇ ਰੋਜ਼ੇ ਕੈਸੇ ਜਾ ਰਹੇ ਨੇ ਮਾਸ਼ਾਅੱਲਾ ਜੀ ਇਹ ਮਾਦੀ ਬੈਠ ਚੱਲੀ ਜੇ ਮਾਸ਼ਾਅੱਲਾ ਬੈਠ ਗਈ ਹੈ ਮਾਦੀ ਬਾਕੀ 12:38 ਹੋ ਗਏ ਜੇ ਠੀਕ ਹੈ ਅਤੇ ਨਾਲ ਉੱਪਰ ਇੱਕ ਹੋਰ ਮਾਦੀ ਹੁਣ ਨਿਕਲੀ ਹੈ ਉਤਲੀਆਂ ਮੈਦਾਨਾਂ ਵਿੱਚ ਇਹ ਵੀ ਬਹਿੰਦੀ ਹੈ ਤਾਂ ਫਿਰ ਤੁਹਾਨੂੰ ਉਹਦੀ ਵੀਡੀਓ ਵਿਖਾਉਂਦੇ ਹਾਂ ਅਤੇ ਬਾਕੀ ਸਾਰੇ ਦੋਸਤ ਰਮਜ਼ਾਨ ਵਿੱਚ ਦੁਆਵਾਂ ਵਿੱਚ ਸਪੈਸ਼ਲ ਯਾਦ ਰੱਖਿਆ ਕਰੋ ਕਣਕਾਂ ਵੀ ਕੋਈ ਚੀਰ ਨੂੰ ਬਸ ਪੱਕਣ ਵਾਲੀਆਂ ਜੇ ਥੋੜ੍ਹੇ ਅਰਸੇ ਬਾਅਦ ਪੱਕ ਜਾਣਗੀਆਂ ਇਹ ਦੋਸਤੋ ਉਸਤਾਦਾਂ ਨੇ ਬੱਜੇ ਕਬੂਤਰ ਕੱਢ ਸੱਟੇ ਨੇ ਇਹਨਾਂ ਨੂੰ ਬੰਨ ਕੇ ਕੱਢ ਰਹੇ ਨੇ ਅਤੇ ਇਸ ਤਰ੍ਹਾਂ ਹੀ ਉੱਡਦੇ ਨੇ ਕਾਫੀ ਕੋਈ ਉੱਚੇ ਨਿਕਲ ਗਏ ਨੇ ਕੁਝ ਬਹਿ ਗਏ ਨੇ ਅਤੇ ਬਾਕੀ ਜਿਹੜੇ ਅੱਜ ਸੁਬਹਾ ਦੇ ਡਾਏ ਉਹਨਾਂ ਵਿੱਚੋਂ 8 ਮਾਦੀਆਂ ਜੇ ਬਾਕੀ ਰਹਿੰਦੀਆਂ ਨੇ ਅਤੇ ਉਹਦਾ ਵੀ ਸਤਾਅ ਧਿਆਨ ਰੱਖਣ ਦੇ ਉੱਪਰ ਜੇ ਉਹਨਾਂ 'ਚ ਕੋਈ ਮਾਦੀ ਆਉਂਦੀ ਫਿਰ ਕੋਈ ਉਹਦੀ ਸੰਭਾਲ ਵੀ ਕਰਨੀ ਹੁੰਦੀ ਹੈ ਅਤੇ ਬਾਕੀ ਹੈ ਤਕਰੀਬਨ 29-30 ਕਬੂਤਰ ਨੇ ਜਿਹੜੇ ਨਿਚੋੜ ਨੇ ਸਮਝੋ ਇਸ ਛੱਤ ਦਾ ਇਹਨਾਂ ਨੂੰ ਉਸਤਾਦਾਂ ਨੇ ਬੰਨੇ ਹੈ ਬੰਨ ਕੇ ਹੀ ਕੱਢਦੇ ਨੇ ਅਤੇ ਬੱਜੇ ਹੀ ਉੱਡਦੇ ਨੇ ਕੁਝ ਅਰਸੇ ਬਾਅਦ ਇਹਨਾਂ ਨੂੰ ਖੋਲ ਦਿੰਦੇ ਆ ਦੇਖੋ ਕਿਹੜੀ ਹਾਂ ਉਹ ਤੇ ਉਹ ਟਹਿੰਦੀ ਪੈਂਦੀ ਟਹਿੰਦੀ ਹੈ ਨਾ ਉਹਦੇ ਲਾਤ ਜ਼ਾਹਿਰ ਹੈ ਜ਼ਰਾ ਮੁਸ਼ਕਲ ਨੇ ਉਸਤਾਦ ਕਹਿ ਰਹੇ ਨੇ ਉਹ ਸੁਬਹ ਵਾਲੀ ਜਿਹੜੀ ਮਾਦੀ ਆਈ ਉਹਦੇ ਲਾਤ ਦੇਖੋ ਉਹ ਇਸ ਜਗ੍ਹਾ 'ਤੇ ਬੈਠੀ ਹੈ ਇੱਥੇ ਛੱਤ ਦੇ ਉੱਪਰ ਉਹਨੂੰ ਉਡਾ ਲੈਣ ਲੈਣੇ ਉਹਨੂੰ ਸੰਭਾਲਣ ਦੇ ਬਸ ਉੱਥੇ ਹੀ ਜਾਲ ਵੀ ਢਾਲ ਲੈਣ ਢਾਲ ਲੈਣ ਲੈਣੇ ਇੱਥੇ ਹੀ ਸਤਾਲ ਜੀ ਫੜ ਲਓ ਉਸੂ ਭਾਵੇਂ ਪਰ ਸਹੀ ਹੈ ਚੱਲ ਫਿਰ ਕੇ ਥੱਲੇ ਜਾਏ ਜ਼ਿਆਦਾ ਬਿਹਤਰ ਹੈ ਨਾੜਾਂ ਛਾਣਾਂ ਸੈੱਟ ਹੋਣ ਸੂ ਉਹ ਦੂਸਰੇ ਜਾਲ 'ਤੇ ਆ ਗਈ ਹੈ ਵੀਡੀਓ ਹੋਵੇ ਦੀ ਲੰਬੀ ਅਸੀਂ ਵੀਡੀਓ ਰੋਕ ਲੈਂਦੇ ਹਾਂ ਕਬੂਤਰ ਉੱਪਰ ਹੀ ਹੈ ਐਵੇਂ ਹਾਂ ਉਹ ਬੈਠ ਗਏ ਹੈ ਦੋਸਤੋ ਜਿਹੜੇ ਬੱਜੇ ਕਬੂਤਰ ਕੱਢੇ
ਇਹ ਵੀ ਹੁਣ ਜਿਹੜਾ ਆਖਰੀ ਕਬੂਤਰ ਬਹਿਣੇ ਦੇ ਕਰੀਬ ਆਏ ਆ ਇਹ ਆਖਰੀ ਕਬੂਤਰ ਬਹਿ ਚੱਲੇ ਇਹ ਸਾਹਮਣੇ ਦੇਖ ਸਕਦੇ ਹੋ ਇਹ ਬੈਠ ਚੱਲਾ ਜੀ ਇਹ ਬਹਿ ਗਿਆ ਅਤੇ ਇਹਦੇ ਨਾਲ ਹੀ ਹੁਣ ਤੁਹਾਡੇ ਕੋਲ ਇਜਾਜ਼ਤ ਚਾਹੁੰਦੇ ਹਾਂ